ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਵਿਜ਼ਨ ਪੰਜਾਬ ਟੀਵੀ ਤੇ ਮੈਂ ਸੋਨੀਆ ਤੇ ਤੁਹਾਡੇ ਲਈ ਲੈ ਕੇ ਆਈ ਹਾਂ ਪਾਲੀਵੁੱਡ ਇੰਡਸਟਰੀ ਤੋਂ ਇੱਕ ਨਈ ਅਪਡੇਟ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬੀ ਫਿਲਮ ਹੌਂਸਲਾ ਰੱਖ ਬਹੁਤ ਜਲਦ ਯਾਨੀ ਕਿ 15 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ 'ਚ ਦਲਜੀਤ ਦੋਸਾਂਝ ਨਾਲ ਸੋਨਮ ਬਾਜਵਾ ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਆਡੀਅੰਸ ਨੂੰ ਐਂਟਰਟੇਨ ਕਰਦੇ ਹੋਏ ਨਜ਼ਰ ਆਉਣਗੇ ਜਿਵੇਂ ਕਿ ਫਿਲਮ ਦੇ ਰਿਲੀਜ਼ ਹੋਣ 'ਚ ਕੁਝ ਹੀ ਦਿਨ ਬਚੇ ਨੇ ਤੇ ਇਸੇ ਕਰਕੇ ਫਿਲਮ ਦੀ ਸਟਾਰ ਕਾਸਟ ਦਲਜੀਤ ਦੋਸਾਂਝ ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨੇ ਹੌਂਸਲਾ ਰੱਖ ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ ਪਰ ਸ਼ਹਿਨਾਜ਼ ਗਿੱਲ ਕਾਫੀ ਲੰਬੇ ਟਾਈਮ ਤੋਂ ਸੋਸ਼ਲ ਮੀਡੀਆ ਤੋਂ ਦੂਰ ਹੈ ਇਸ ਦੇ ਪਿੱਛੇ ਦਾ ਕਾਰਨ ਉਹਨਾਂ ਦੇ ਕਰੀਬੀ ਫਰੈਂਡ ਸਿਧਾਰਥ ਸ਼ੁਕਲਾ ਦੀ ਡੈਥ ਹੈ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਕੰਮ ਤੇ ਵਾਪਸੀ ਕਰ ਲਈ ਹੈ ਤੇ ਇਸ ਕੰਮ ਦੀ ਵਾਪਸੀ ਉਹਨਾਂ ਨੇ ਫਿਲਮ ਦੀ ਪ੍ਰਮੋਸ਼ਨ ਤੋਂ ਕੀਤੀ ਹੈ ਸਿਧਾਰਥ ਦੀ ਡੈਥ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਫਸਟ ਟਾਈਮ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੇ ਨਾਲ ਦੇਖਿਆ ਜਾ ਰਿਹਾ ਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਫੈਨਸ ਦੇ ਵੱਲੋਂ ਤੇ ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦੇ ਫੈਨਸ ਕਾਫੀ ਐਕਸਾਈਟਿਡ ਨੇ ਤੇ ਕਾਫੀ ਖੁਸ਼ ਵੀ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਤੇ ਆਪਾਂ ਵੀ ਇੱਕ ਵਾਰੀ ਚੈੱਕ ਕਰ ਲੈਂਦੇ ਸ਼ਹਿਨਾਜ਼ ਗਿੱਲ ਦੀ ਇਹ ਲੇਟੈਸਟ ਵੀਡੀਓ ਪਾਜੀ ਐਕਸਕਿਊਜ਼ ਮੀ ਪਾਜੀ ਪਾਜੀ ਪਲੀਜ਼ ਆਪਣੇ ਬੇਬੀ ਨੂੰ ਚੁੱਪ ਕਰਾਓਗੇ ਤੁਹਾਡੇ ਬੇਬੀ ਦੇ ਚੱਕਰ 'ਚ ਮੇਰੇ ਬੇਬੀ ਦਾ ਰੋਮਾਂਸ ਖਰਾਬ ਹੋ ਰਿਹਾ ਆਪਾਂ ਨੇ ਜੋਕਾਂ ਦੇ ਚੱਕਰ 'ਚ ਪੈਣਾ ਜਿੱਦਾਂ ਤੂੰ ਖੁਸ਼ ਉਦਾਂ ਮੈਂ ਖੁਸ਼ ਮੈਨੂੰ ਪਿਆਰ ਕੀਤਾ ਸੀ ਇਹਨੇ ਮੇਰੇ ਨਾਲ ਆ ਕੀਤਾ ਇਹ ਮੈਂ ਪਿਆਰ ਹੀ ਕੀਤਾ ਜੀ ਬਸ ਹੋਏ ਰੀਲ ਬੋਕ ਗਈ ਹੋਏ ਬਸ ਹੋਏ ਬੋਕੀ ਵਾਲੀ